ਮੇਰਾ ਨਾਮ ਮਨਵੀਰ ਸਿੰਘ ਆ ਤੇ ਮੈਂ ਫੁੱਟਬਾਲ ਪਲੇ ਕਰਦਾ। ਤੇ ਮੈਂ ਪਿੰਡ ਡਾਂਗੋ ਦਾ ਰਹਿਣ ਵਾਲਾ ਆ ਤੇ ਮੈਂ ਹੁਣ ਰੀਸੈਂਟ ਮੈਂ ਕੀਤਾ ਈਸਟ ਬੰਗਾਲ ਕਲੱਬ ਜੁਆਇਨ ਕੀਤਾ, 3 ਈਅਰ ਲਈ ਕੰਟਰੈਕਟ ਸਾਈਨ ਕੀਤਾ ਮੈਂ। ਜਿੱਦਾਂ ਪਹਿਲਾਂ ਮੈਂ ਇੱਕ ਯੂਨੀਵਰਸਿਟੀ ਪਲੇਅਰ ਸੀ ਤਾਂ ਮੈਂ ਕਿਸੇ ਕਲੱਬ ਦੇ ਵਿੱਚ ਜੁਆਇਨ ਨਹੀਂ ਕੀਤਾ ਸੀਗਾ। ਫਸਟ ਕਲੱਬ ਮੈਂ ਈਸਟ ਬੰਗਾਲ ਦੇ ਵਿੱਚ ਜੁਆਇਨ ਕੀਤਾ ਐਂਡ ਮੈਨੂੰ ਇੰਨਾ ਜ਼ਿਆਦਾ ਹੌਂਸਲਾ ਹੋਇਆ ਕਿ ਜਿਵੇਂ ਮੈਂ ਇੱਥੇ ਤੱਕ ਜਾ ਸਕਦਾ ਤਾਂ ਮੈਂ ਅੱਗੇ ਕਲੱਬ ਜਿੱਦਾਂ ਬਹੁਤ ਪ੍ਰੋਫੈਸ਼ਨਲ ਹੋਰ ਵੀ ਕਲੱਬ ਹੈ, ਬੈਂਗਲੌਰੂ ਐਫ ਸੀ, ISL ਦੀ ਟੀਮ ਦੇ ਵਿੱਚ ਮੈਂ ਜਾਵਾਂ ਤਾਂ ਇੱਦਾਂ ਹੀ ਗਾ ਇੰਡੀਆ ਟੀਮ ਦੇ ਵਿੱਚ ਸਿਲੈਕਸ਼ਨ, ਇੱਦਾਂ ਹੀ ਕੋਚਸ ਦੇਖ ਕੇ ਇੱਦਾਂ ਹੀ ਸਿਲੈਕਸ਼ਨ ਹੋਣੀ ਹੈ ਤਾਂ ਇਹਦੇ ਲਈ ਹੁਣ ਹੋਰ ਵੱਡੀ ਮੇਰੇ ਲਈ ਕੋਈ ਅਚੀਵਮੈਂਟ ਨਹੀਂ ਹੋ ਸਕਦੀ। ਜਦੋਂ ਮੈਂ ਜਾਊਂਗਾ ਤਾਂ ਮੈਂ ਬਾਕੀ ਮੇਰੇ 'ਤੇ ਆਪਦੇ 'ਤੇ ਜਦੋਂ ਮੈਂ ਮਿਹਨਤ ਕਰੂੰਗਾ। ਮੈਂ ਜ਼ਰੂਰ ਇਹੀ ਕਰਦਾ ਵੀ ਜਿੱਦਾਂ ਮੈਂ ਕੁਛ ਇੱਦਾਂ ਸੋਚਿਆ ਨਹੀਂ ਸੀ, ਮੈਂ ਫਸਟ ਮੈਂ ਏਡੇ ਵੱਡੇ ਕਲੱਬ ਦੇ ਵਿੱਚ ਜੁਆਇਨ ਕਰੂੰ ਕਿ ਉਹ ਮੋਸਟ ਇੰਡੀਆ ਦਾ ਮੋਸਟ ਪਾਪੂਲਰ ਵੀ ਹੈਗਾ ਕਲੱਬ ਆ, ਉਹ ਜਿੰਨਾ ਇੰਨਾ ਪਾਪੂਲਰ ਆ ਉਹ ਵੀ ਜਿੰਨਾ ਇੰਨੇ ਤਕੜੇ ਪਲੇਅਰ ਈਸਟ ਬੰਗਾਲ ਦੇ ਵਿੱਚ ਰਹੇ ਆ, ਜੋ ਆਪਣੇ ਹੁਣ ਇੰਡੀਆ ਟੀਮ ਦੇ ਵਿੱਚ ਸੁਨੀਲ ਛੇਤਰੀ ਖੇਲਦਾ, ਬਚਿਤ ਬੁੱਢੀਆ ਖੇਲਦਾ ਸੀਗਾ ਪਹਿਲਾਂ, ਉਹ ਇੰਨੇ ਸੀਨੀਅਰ ਨੇਗੇ, ਉਹ ਈਸਟ ਬੰਗਾਲ ਕਲੱਬ ਦੇ ਵਿੱਚੋਂ ਖੇਲੇ ਨੇ, ਮੈਨੂੰ ਉਹ ਕਲੱਬ ਦੇ ਵਿੱਚ ਜਾਣ ਦਾ ਇੱਕ ਮੌਕਾ ਮਿਲੇ। ਮੈਂ ਪਿੱਛੇ ਸੋਚ ਨਹੀਂ ਸਕਦਾ ਵੀ ਮੈਂ ਪਿੱਛੋਂ ਏਡੀ ਛੋਟੀ ਚੀਜ਼ ਤੋਂ ਏਡੇ ਵੱਡੇ ਮਕਾਨ ਤੱਕ ਮੈਂ ਪਹੁੰਚ ਚੁੱਕਿਆ ਹਾਂ। ਜੀ ਮੈਂ ਜਦੋਂ ਛੋਟਾ ਜਿਹਾ ਸੀਗਾ ਤਾਂ ਮੇਰੇ ਪਾਪਾ ਦੀ ਡੈਥ ਹੋ ਗਈ, ਮੈਂ 6th class ਦੇ ਵਿੱਚ ਹੋਊਂਗਾ ਜਦੋਂ ਮੇਰੇ ਪਾਪਾ ਦੀ ਡੈਥ ਹੋ ਗਈ। ਉਦੋਂ ਡੈਥ ਤੋਂ ਬਾਅਦ ਜਾਣੀ ਅਸੀਂ ਬਹੁਤ ਔਖੇ ਦਿਨ ਵੀ ਕੱਟੇ ਆ, ਤੇ ਜਾਣੀ ਸਾਨੂੰ ਹੀ ਪਤਾ ਮੇਰੀ ਮਾਤਾ ਨੇ ਮੈਨੂੰ ਕਿੰਨਾ ਪੜ੍ਹਾ ਕੇ ਅੱਗੇ ਜਾਣੀ ਇੱਥੇ ਤੱਕ ਪਹੁੰਚਾਇਆ। ਟ੍ਰਾਇਲ ਦੇ ਵਿੱਚ ਸਿਲੈਕਸ਼ਨ ਹੋਈ, ਸਾਈਨ ਕੀਤੇ ਤਾਂ ਸਾਨੂੰ 2 month ਦੇ ਅੰਦਰ ਅੰਦਰ ਸਾਨੂੰ ਕਲਕੱਤਾ ਬੁਲਾ ਲੈਣਾ ਸੀ ਫਿਰ ਦੁਬਾਰੇ ਪ੍ਰੈਕਟਿਸ ਕੇ ਲਈ। ਤੇ ਫਿਰ ਕੋਵਿਡ ਕੇ ਲਈ ਤੋਂ ਫਿਰ ਉਹਦੇ ਚੱਕਰ 'ਚ ਸਾਨੂੰ ਇਹ ਸਾਡਾ ਪ੍ਰੋਸੀਜਰ ਰੁਕ ਗਿਆ ਇੱਥੇ ਵਿਚਾਲੇ, ਤਾਂ ਉਹ ਕਰੋਨਾ ਕਾਰਨ ਨਾ ਟ੍ਰੇਨਿੰਗ ਹੋਈ, ਘਰ ਦੇ ਵਿੱਚ ਸਭ ਨੂੰ ਰਹਿਣਾ ਪਿਆ, ਨਾ ਉਦੋਂ ਤੱਕ ਮੇਰੀ ਖਿਆਲ ਮੈਂ 1 month ਹੋਇਆ ਜੇ ਮੈਂ ਟ੍ਰੇਨਿੰਗ ਕਰਦੇ ਨੂੰ, ਉਹ ਵੀ ਬਸ ਮੋਰਨਿੰਗ ਈਵਨਿੰਗ 2.5 ਘੰਟਾ ਮੋਰਨਿੰਗ, 2 ਘੰਟੇ ਈਵਨਿੰਗ, ਬਸ ਇੱਦਾਂ ਹੀ ਕਰਦਾ ਰਿਹਾ। ਪਲੇਅਰਾਂ ਦੀ ਸਪੋਰਟ ਕਰਨੀ ਚਾਹੀਦੀ ਆ ਫਸਟ ਤੇ, ਜਾਣੀ ਹੁਣ ਆਪਣੇ ਇੰਡੀਆ 'ਚ ਫੁੱਟਬਾਲ ਆ ਰਿਹਾ, ਹੁਣ ਜਾਣੀ ਪ੍ਰੋਸੀਜਰ ਚੱਲ ਰਿਹਾ ਫੁੱਟਬਾਲ ਦਾ ਜਿੱਦਾਂ ਪਹਿਲਾਂ ਨਹੀਂ ਸੀਗਾ। ਜਿੱਦਾਂ ਹੁਣ ISL ਦੇ ਵਿੱਚ ਆ ਰਿਹਾ ਵਾ, ਜੋ ਪਲੇਅਰਾਂ ਨੂੰ ਪੈਸਾ ਮਿਲਦਾ ਵਾ ਤੇ ਪ੍ਰੋਫੈਸ਼ਨਲ ਕੋਚਸ ਮਿਲਦੇ ਨੇ, ਕਿ ਫੋਰਨਰ ਕੋਚਸ ਮਿਲਦੇ ਨੇ, ਫੋਰਨਰ ਪਲੇਅਰਾਂ ਨਾਲ ਖੇਲਣ ਦਾ ਮੌਕਾ ਮਿਲਦਾ ਉਹਨਾਂ ਨੂੰ, ਇੱਕ ਬਹੁਤ ਵੱਡੀ ਅਚੀਵਮੈਂਟ ਹੋ ਜਾਂਦੀ ਹੈ ਉਹਨਾਂ ਦੀ।